ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ? ਤੇ ਦੋਸਤੋ, ਅੱਜ ਤੁਹਾਨੂੰ ਆਪਾਂ ਬਟੇਰ ਬਾਰੇ ਜਾਣਕਾਰੀ ਦਿੰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਟੇਰ ਨੂੰ ਰੱਖਣ ਲਈ ਕਿੰਨੀ ਕੁ ਜਗ੍ਹਾ ਦੀ ਲੋੜ ਪੈਂਦੀ ਆ। ਬਟੇਰ ਨੂੰ 6 ਬਟੇਰਾਂ ਨੂੰ 1 ਸਕੇਅਰ ਫੁੱਟ ਦੀ ਲੋੜ ਪੈਂਦੀ ਆ। ਤੇ ਬਟੇਰਾਂ ਨੂੰ ਆਪਾਂ ਮੀਟ ਲਈ ਵੀ ਪਾਲ ਸਕਦੇ ਹਾਂ ਤੇ ਆਂਡਿਆਂ ਲਈ ਵੀ ਪਾਲ ਸਕਦੇ ਹਾਂ। ਇਹ ਆਂਡੇ ਤਕਰੀਬਨ 1 ਸਾਲ ਵਿੱਚ 280 ਆਂਡੇ ਦਿੰਦੇ ਆ ਤੇ ਇਹਦਾ ਆਂਡੇ ਦਾ ਵਜ਼ਨ ਹੁੰਦਾ 9 ਤੋਂ 10 ਗ੍ਰਾਮ ਤੇ 1 ਗ੍ਰਾਮ ਇਹਦੇ ਵਿੱਚ ਪ੍ਰੋਟੀਨ ਹੁੰਦਾ। ਜੇ ਆਪਾਂ ਮੀਟ ਲਈ ਪਾਲਦੇ ਹਾਂ ਤਾਂ ਤਕਰੀਬਨ 1 ਬਟੇਰ ਵਿੱਚੋਂ 150 ਤੋਂ 200 ਗ੍ਰਾਮ ਮੀਟ ਨਿਕਲ ਜਾਂਦਾ ਅਤੇ ਇਹ ਜਦੋਂ ਆਪਾਂ ਪਾਲਦੇ ਹਾਂ ਬੱਚੇ ਲੈ ਕੇ ਆਉਂਦੇ ਹਾਂ ਅਤੇ 40 ਦਿਨ ਬਾਅਦ ਇਹ ਆਂਡੇ ਦੇਣ ਲੱਗ ਜਾਂਦੇ ਹਾਂ ਅਤੇ 1.5 ਸਾਲ ਇਹ ਲਗਾਤਾਰ ਆਂਡੇ ਦੇਈ ਜਾਂਦੇ ਹਾਂ। ਇਹਨੂੰ ਬਿਮਾਰੀ ਤਾਂ ਨਾ ਮਾਤਰ ਆ, ਬਿਮਾਰੀ ਬਹੁਤ ਘੱਟ ਹੈ। ਸਿਰਫ ਆਪਾਂ ਨੇ ਇਹਨਾਂ ਨੂੰ ਮਲਟੀ ਵਿਟਾਮਿਨ ਅਤੇ ਲੀਵਰ ਟੋਨਿਕ ਪਾਉਣਾ, ਬਸ ਹੋਰ ਕੋਈ ਦਵਾਈ ਬੂਟੀ ਦੀ ਕੋਈ ਲੋੜ ਨਹੀਂ ਪੈਂਦੀ, ਬਿਮਾਰ ਤਾਂ ਇਹ ਹੁੰਦੇ ਹੀ ਨਹੀਂ ਹੈਗੇ। ਬਾਕੀ ਇਹਨਾਂ ਦਾ ਫੀਡ ਦਾ ਖਰਚਾ ਬਹੁਤ ਘੱਟ ਆ, ਜਿੰਨੀ ਮੁਰਗੀ 1 ਮੁਰਗੀ ਦਾਣਾ ਖਾਂਦੀ ਆ ਉਨਾ ਇਹ ਤਕਰੀਬਨ 3-4 ਖਾਂਦੇ ਆ। ਇਹਨੂੰ ਆਪਾਂ ਘਰਾਂ ਵਿੱਚ ਜਿੱਦਾਂ ਮਰਜ਼ੀ ਰੱਖ ਸਕਦੇ, ਪਿੰਜਰ 'ਚ ਰੱਖ ਸਕਦੇ ਹਾਂ, ਜੇ ਜ਼ਿਆਦਾ ਵੱਡੇ ਪੱਧਰ 'ਤੇ ਕਰਨਾ ਤੁਸੀਂ ਇੱਦਾਂ ਛੋਟਾ ਜਿਹਾ ਕਮਰੇ ਵਿੱਚ ਆਪਾਂ ਪਾਲ ਸਕਦੇ ਇਹਨੂੰ, ਪਰ ਆਪਾਂ ਇਹਨਾਂ ਨੂੰ ਖੁੱਲ੍ਹੇ ਨਹੀਂ ਛੱਡ ਸਕਦੇ। ਜੇ ਖੁੱਲ੍ਹੇ ਛੱਡਾਂਗੇ ਬਾਹਰ ਤਾਂ ਇਹ ਫਿਰ ਉੱਡ ਜਾਂਦੇ ਆ, ਇਹਨਾਂ ਦੀ ਡਾਰੀ ਬਹੁਤ ਲੰਬੀ ਆ, ਫਿਰ ਉੱਡ ਜਾਂਦੇ ਆ ਇਹ। ਰੰਗ ਇਹ 'ਚ 2 ਆਉਂਦੇ ਆ, ਕਿਉਂਕਿ ਮੈਨੂੰ ਤਾਂ ਹਾਲੇ ਤੱਕ ਜਾਣੀ ਕਿ 2 ਮਿਲੇ ਆ, 1 ਚਿੱਟਾ 1 ਆਹ ਜਿਹੜਾ ਭੂਰੇ ਭੂਰੇ 'ਚ ਖਾਕੇ। ਮੈਨੂੰ ਵੀ ਹੋ ਗਏ 2 ਸਾਲ ਹੋ ਗਏ ਇਹਨਾਂ ਨੂੰ ਪਾਲਦਿਆਂ ਨੂੰ, 2 ਰੰਗ ਨਿਕਲਦੇ ਇਹਨਾਂ ਦੇ। ਅਤੇ ਆਂਡਾ ਇਹਦਾ ਸੇਲ ਹੁੰਦਾ 3 ਰੁਪਏ ਦਾ, 3 ਤੇ 4 ਰੁਪਏ ਦਾ, ਅਤੇ ਜਿਹੜਾ ਬੱਚਾ ਸੇਲ ਹੁੰਦਾ ਉਹ 6 ਤੋਂ 7-8 ਇੰਨੇ ਤੱਕ ਇਹਦਾ ਬੱਚਾ ਸੇਲ ਹੋਈ ਜਾਂਦਾ। ਅਤੇ ਜਿਹੜਾ ਬਟੇਰ ਆ ਜੇ ਆਪਾਂ ਨੇ ਸੇਲ ਕਰਨਾ ਮੀਟ ਵਾਸਤੇ 70 ਤੋਂ 80 ਰੁਪਏ ਵਿੱਚ ਇਹ ਸੇਲ ਹੋਈ ਜਾਂਦਾ ਆਰਾਮ ਨਾਲ। ਜੇ 1 ਵਾਰ ਆਂਡੇ ਇਹ ਦੇਣ ਲੱਗ ਜਾਵੇ ਫਿਰ ਨਹੀਂ ਹਟਦੇ, ਫਿਰ ਤਾਂ ਇਹ ਲਗਾਤਾਰ ਦੇਈ ਹੋ ਜਾਂਦੇ ਆ। ਜਿਹੜਾ ਇਹਦਾ ਟਾਈਮ ਆਂਡੇ ਦੇਣ ਦਾ ਇਹ ਦੁਪਹਿਰ ਦਾ ਟਾਈਮ ਆ, ਇਹ ਦੁਪਹਿਰ ਦੇ ਟਾਈਮ ਆਂਡੇ ਦਿੰਦੇ ਆ ਇਹ। ਅਤੇ ਦੋਸਤੋ, ਆਪਣੀ ਜਾਣਕਾਰੀ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ, ਅਤੇ ਧੰਨਵਾਦ ਜੀ।